ਅਕਸਰ ਚਰਚਾਵਾਂ ਦੇ ਵਿੱਚ ਰਹਿਣ ਵਾਲੀ ਫਿਰੋਜ਼ਪੁਰ ਜੇਲ੍ਹ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਈ ਹੈ। ਚਰਚਾ ਦਾ ਕਾਰਨ ਉਹੀ ਜੋ ਅਕਸਰ ਸਾਹਮਣੇ ਆਉਂਦਾ ਹੈ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਾਰਵਾਈਆਂ ਦੀ ਗੱਲ ਕੀਤੀ ਜਾਂਦੀ ਹੈ, ਸਖਤੀ ਦੀ ਗੱਲ ਕੀਤੀ ਜਾਂਦੀ ਹੈ, ਪਰ ਸਮੇਂ-ਸਮੇਂ ਤੇ ਜਦੋਂ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਜੇਲ੍ਹ ਪ੍ਰਸ਼ਾਸਨ ਦੀਆਂ ਪੋਲਾਂ ਖੁੱਲਦੀਆਂ ਵੀ ਨਜ਼ਰ ਆਉਂਦੀਆਂ ਨੇ, ਜਾਂ ਕਹਿ ਲਈਏ ਕਿ ਜੇਲ੍ਹ ਪ੍ਰਸ਼ਾਸਨ ਦੇ ਫੋਕੇ ਦਾਅਵਿਆਂ ਦੀ ਪੋਲ ਖੁੱਲਦੀ ਵੀ ਨਜ਼ਰ ਆਉਂਦੀ ਹੈ। ਅਜਿਹਾ ਹੀ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਜਿੱਥੇ ਜੇਲ੍ਹ ਦੇ ਵਿੱਚੋਂ ਕੈਦੀ ਲਾਈਵ ਹੋ ਕੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇੱਥੋਂ ਤੱਕ ਕਿ ਲਾਈਵ ਦੇ ਉੱਤੇ ਭੰਗੜੇ ਪੈਂਦੇ ਨਜ਼ਰ ਆਏ ਅਤੇ ਕੈਦੀਆਂ ਦਾ ਕਹਿਣਾ ਕਿ ਜੀ ਅਸੀਂ ਮੌਜ ਬਹਾਰਾਂ ਲੁੱਟ ਰਹੇ ਹਾਂ, ਇੱਥੇ ਨਜ਼ਾਰੇ ਨੇ, ਜਿਹੜੇ ਤੁਹਾਡੇ ਕੰਮ ਹੁੰਦੇ ਆ ਉਹ ਅਸੀਂ ਜਲਦ ਹੀ ਕਰ ਵੀ ਦੇਵਾਂਗੇ। ਅਜਿਹੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਹੁਣ ਲਗਾਤਾਰ ਵਾਇਰਲ ਹੋ ਰਹੀਆਂ ਨੇ। ਕੀ ਕੁਝ ਹੈ ਲਾਈਵ ਤਸਵੀਰਾਂ ਦੇ ਵਿੱਚ, ਆਓ ਤੁਹਾਨੂੰ ਵੀ ਇੱਕ ਵਾਰ ਦਿਖਾਉਂਦੇ ਹਾਂ।